ਪਿੰਕਾ ਪਿੰਕਾ ਨਹੀਂ ਲਿਪਸਟਿਕ ਲਾਲ ਆ ਆ ਦੇਖੋ ਜੀ ਸਾਡੀ ਕੁੜੀ ਨਿਊ ਦਾਦੂ ਕਿੱਥੇ ਬੈਠੇ ਆ ਸਤਿ ਸ਼੍ਰੀ ਅਕਾਲ ਤਾਂ ਬੋਲ ਤੂੰ ਸਾਰਿਆਂ ਸਾਰਿਆਂ ਸਤਿ ਸ਼੍ਰੀ ਅਕਾਲ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਅਸੀਂ ਬਣਾਵਾਂਗੇ ਭੁਰਜੀ ਆਲੂ ਵਾਲੀ ਭੁਰਜੀ ਬਣਾਵਾਂਗੇ ਸਾਜੂ ਕਹਿੰਦੀ ਮੰਮਾ ਭੁਰਜੀ ਦਾ ਬਲੌਗ ਬਣਾਓ ਸਾਰਿਆਂ ਲਈ ਹੈ ਤੇ ਮੈਂ ਕਿਹਾ ਚਲੋ ਬਲੌਗ ਬਣਾਉਂਦੇ ਹਾਂ ਬੜੇ ਬਲੌਗ ਤੇ ਆਹ ਦੇਖੋ ਸਾਡੀ ਖੜੀ ਗੱਡੀ ਸਾਰੇ ਜਾਣੇ ਕਹਿੰਦੇ ਤੁਹਾਡੀ ਗੱਡੀ ਕਿੱਥੇ ਖੜੀ ਆ ਦਿਖਾਓ ਦਿਖਾਓ ਆਹ ਦੇਖੋ ਖੜੀ ਸਾਡੀ ਗੱਡੀ ਹੁਣ ਨਾਲ ਹੀ ਅਸੀਂ ਬਣਾਇਆ ਚੁੱਲ੍ਹਾ ਹੁਣ ਆਪਾਂ ਬਣਾਵਾਂਗੇ ਇਹ ਭੁਰਜੀ ਆਹ ਦੇਖੋ ਸਾਡਾ ਚੁੱਲ੍ਹਾ ਚੁੱਲ੍ਹੇ ਨੂੰ ਮਿੱਟੀ ਲਾਉਣ ਵਾਲੀ ਮੰਮੀ ਕਹਿੰਦੇ ਕੱਲ੍ਹ ਨੂੰ ਲਾਵਾਂਗੇ ਕੋਈ ਕਮੈਂਟ ਪੂਰਾ ਨਾ ਕਰਿਓ ਜੀ ਉਹ ਸਾਡੀ ਕੁੜੀ ਰੋਂਦੇ ਹੀ ਆ ਉੱਥੇ ਅਸੀਂ ਚਕੱਟੀ ਮੇਥੀ ਮੂਥੀ ਤੇ ਮੇਥੀ ਕੱਟ ਕੇ ਤੇ ਅਸੀਂ ਖਾਧੇ ਸੰਤਰੇ ਉਹ ਦੇਖੋ ਸੰਤਰੇ ਦਾ ਖਲਾਰਾ ਪਾਇਆ ਮੰਮੀ ਦੀ ਕੁੜੀ ਬੜੀ ਆ ਮੈਂ ਹੁਣ ਲੱਗੀ ਬਣਾਉਣੀ ਸਬਜ਼ੀ ਸਬਜ਼ੀ ਕੱਟ ਲਏ ਸੀ ਅਸੀਂ ਆਲੂ ਤੇ ਆਹ ਆਪਾਂ ਕੱਟ ਲਏ ਆ ਜੀ ਪਿਆਜ਼ ਤੇ ਆਹ ਆਪਾਂ ਕੱਟ ਲਈ ਆ ਮੇਥੀ ਸਭ ਤੋਂ ਪਹਿਲਾਂ ਮੇਥੀ ਨੂੰ ਤੁਸੀਂ ਧੋ ਲੈਣਾ ਆ ਕੱਟਣ ਤੋਂ ਪਹਿਲਾਂ ਧੋਣਾ ਆ ਤਾਂ ਜੋ ਤੁਹਾਡੀ ਮੇਥੀ ਦਾ ਸਾਰਾ ਪ੍ਰੋਟੀਨ ਵਿਟਾਮਿਨ ਨਾ ਨਿਕਲੇ ਬਾਹਰ ਤੇ ਆਪਾਂ ਮੇਥੀ ਨੂੰ ਪਹਿਲਾਂ ਕੱਟਣ ਤੋਂ ਪਹਿਲਾਂ ਧੋ ਲਿਆ ਸੀ ਫਿਰ ਆਪਾਂ ਕੱਟਿਆ ਇਹਨੂੰ ਠੀਕ ਆ ਆਪਾਂ ਦੇਖੋ ਮੇਥੀ ਕੱਟ ਲਈ ਆ ਕਿੰਨੀ ਸੋਹਣੀ ਤਰੀਕੇ ਨਾਲ ਆਪਾਂ ਨਾ ਮਸ਼ੀਨ ਵਿੱਚ ਕੀਤੇ ਆ ਪਿਆਜ਼ ਆਪਾਂ ਕੱਟੇ ਉਹ ਆਲੂ ਤੇ ਆਹ ਵੀ ਆਲੂ ਮੈਂ ਛਿੱਲੇ ਕਿਉਂਕਿ ਮੈਂ ਥੋੜ੍ਹੇ ਜਿਹੇ ਆਲੂ ਹੋਰ ਪਾ ਲੈਂਦੀ ਹਾਂ ਤੇ ਕਿਉਂਕਿ ਸਵੇਰ ਦਾ ਵੀ ਸਾਜੂਗਾ ਕਿ ਡੈਡੀ ਨੂੰ ਉਹਨੇ ਜਾਣਾ ਹੁੰਦਾ ਕੰਮ ਤੇ ਸਵੇਰੇ ਸਵੇਰੇ ਤੇ ਇਸ ਕਰਕੇ ਨਾ ਫਿਰ ਡੈਡੀ ਨੂੰ ਸਾਨੂੰ ਘੱਲਣਾ ਪੈਂਦਾ ਟਾਈਮ ਨਾਲ ਤੇ ਹੁਣ ਮੈਂ ਕੱਟੂੰਗੀ ਆਹ ਵੀ ਜਿਹੜੇ ਤਿੰਨ ਆਲੂ ਇਹ ਵੀ ਕੱਟ ਲੂੰਗੀ ਮੈਂ ਤੇ ਚਲੋ ਹੁਣ ਆਪਾਂ ਜਾਂਦੇ ਹਾਂ ਬਾਹਰ ਹੈਲੋ ਗਾਇਸ ਕੈਸੇ ਹੋ ਆਪ ਸਭ ਦੇਖੋ ਦੋਸਤੋ ਹੁਣ ਆਪਾਂ ਬਾਲ ਲਈ ਆ ਅੱਗ ਚੁੱਲ੍ਹੇ ਵਿੱਚ ਅਗਰ ਤੁਸੀਂ ਚੁੱਲ੍ਹੇ 'ਤੇ ਬਣਾਓਗੇ ਬਹੁਤ ਟੇਸਟੀ ਬਣੂਗੀ ਹੁਣ ਆਪਾਂ ਰੱਖ ਲਈਏ ਕੜਾਹੀ ਉੱਪਰ ਠੀਕ ਆ ਜੀ ਯੈਸ ਉਹ ਤੇਰੇ ਪੱਤਾ ਪੱਤਾ ਪਰੇ ਹਟ ਜਾ ਪਰੇ ਹਟ ਜਾ ਆ ਦੇਖੋ ਬਰੀਕ ਕੀਤੇ ਕੱਟੇ ਹੋਏ ਪਿਆਜ਼ ਪਾਵਾਂਗੇ ਆਪਾਂ ਨਹੀਂ 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 ਬਿਲਾ ਤੇਲ ਪਾਵਾਂਗੇ ਨਹੀਂ 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 ਬਿਲਾ ਤੇਲ ਪਾਵਾਂਗੇ ਤੇਲ ਪਾਇਆ ਹੀ ਨਹੀਂ ਪਹਿਲਾਂ ਆਪਾਂ ਇੱਕ ਪਾਵਾਂਗੇ ਵੱਡਾ ਚਮਚ ਤੇਲ ਦਾ ਦੋ ਚਮਚ ਤੁਸੀਂ ਬੱਚੂ ਇਧਰ ਆ ਕੇ ਵਿੱਚ ਦਿਖਾਓ ਇਹਦੇ ਇਸਕੇ ਵਿੱਚ ਵਿੱਚ ਹਲ ਦੇਖੀ ਕਿਤੇ ਇਹਦੇ ਪਨਾ ਬੈ ਲੱਗ ਗਈ ਕੜਾਈ ਕੱਲੀ ਤੇ ਗਈ ਜਾਨੀ ਕੱਲੇ ਕੜਾਹੀ ਨਹੀਂ ਆ ਦੇਖੋ ਹੁਣ ਆਪਾਂ ਲੱਗੇ ਪੂਣ ਤੇਲ ਇੱਕ ਚਮਚ ਤੇਲ ਦਾ ਉਹ ਇਤਰਾ ਸਾਰਾ ਨਿਕਲਦਾ ਵੀ ਬੜਾ ਬ੍ਰੇਕਾਂ ਨਾਲ ਆ ਬ੍ਰੇਕਾਂ ਨਾਲ ਆ ਦੇਖੋ ਅਸੀਂ ਪਾਤਾ ਜੀ ਤੇਲ ਇਹ ਤੇਲ ਵੀ ਜੋਰ ਹੀ ਖਾਂਦਾ ਤੇਲ ਵੀ ਜੋਰ ਹੀ ਖਾਂਦਾ ਤੇ ਇਹਨੇ ਤਾਂ ਪੁੱਛ ਗਈ ਕਢਾਤੀ ਸਾਡੀ ਆ ਅੱਛੂ ਉਧਰ ਖੜੀ ਹੋ ਜਾ ਅੱਛੂ ਡੋਲਣਾ ਇਧਰ ਆ ਗਾ ਇਧਰ ਇਧਰ ਛੱਡ ਚਲੋ ਜਾਤੇ ਹੈ ਆਪ ਇਡਲੀ ਸੈਰ ਇਹ ਦੇਖੋ ਜੀ ਮੰਮਾ ਦੀ ਕਾਲੀ ਚੁੰਨੀ ਤੂੰ ਮੇਰੀ ਕਾਲੀ ਚੁੰਨੀ ਨਾ ਦਿਖਾ ਤੁਹਾਡੀ ਸ਼ਕਲ ਵਧਾ ਮੈਂ ਸ਼ਕਲ ਨਾ ਦਿਖਾ ਕੜਾਹੀ ਦਿਖਾ ਕੜਾਹੀ ਕੜਾਹੀ ਹੁਣ ਇੱਧਰ ਖੜੀ ਹੋ ਇੱਧਰ ਹਾਂ ਆਹ ਵਾਲਾ ਪੰਗਾ ਹੋ ਗਿਆ ਜਿਹੜਾ ਕੋਈ ਕੋਈ ਕਹੀ ਹੁੰਦਾ ਇੱਧਰ ਖੜੀ ਹੋ ਆਪਾਂ ਤੇਲ ਸਾਡਾ ਚੰਗੀ ਤਰ੍ਹਾਂ ਗਰਮ ਕਰਨਾ ਹੈ ਜਿੰਨਾ ਚਿਰ ਇਹ ਆਪਣੀ ਸਮੈਲ ਨਹੀਂ ਛੱਡਦਾ ਉਹਨਾਂ ਚਿਰ ਇਹਨੂੰ ਭੁੰਨੀ ਜਾਓ ਭੁੰਨੀ ਜਾਓ ਭੁੰਨੀ ਜਾਓ ਸਾਡਾ ਹੋਊਗਾ ਫਨੀ ਬਲੌਗ ਸਾਡਾ ਹੋਊਗਾ ਫਨੀ ਬਲੌਗ ਹਾਂ ਤੇ ਚੱਕ ਲੋ ਕੈਮਰੇ ਤੋਂ ਚੱਕ ਲਿਆ ਜੀ ਹੁਣ ਆਪਾਂ ਪਾਵਾਂਗੇ ਕੱਟੇ ਹੋਏ ਪਿਆਜ਼ ਨਹੀਂ ਕੱਟੇ ਨਹੀਂ ਉਹ ਮਸ਼ੀਨ ਵਿੱਚ ਕੀਤੇ ਹੋਏ ਪਿਆਜ਼ ਲੋ ਓ ਮਾਈ ਗੋਡ ਮਾਈ ਗੋਡ ਤੜਕਾ ਲੱਗ ਗਿਆ ਹੈ ਤੜਕਾ ਲੱਗਣ ਲੱਗਾ ਹੈ ਆਚ ਹੁਣ ਆਪਾਂ ਇਹਨੂੰ ਕਰਾਂਗੇ ਗੋਲ ਗੋਲ ਘੁਮਾਵਾਂਗੇ ਡੁਮ 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 ਲੱਕ ਲੱਕ ਡੁਮ ਲੱਕ ਲੱਕ ਇਸ ਤੋਂ ਬਾਅਦ ਕੀ ਪਾਏਂਗੇ ਹਮ ਹਮਾਰੇ ਪਾਸ
ਬਾਅਦ ਇਸ ਤੋਂ ਬਾਅਦ ਕੁਝ ਨਹੀਂ ਹੈ। ਅਸੀਂ ਕੱਲਾ ਪਿਆਜ਼ ਦਾ ਤੜਕਾ ਲਾਵਾਂਗੇ। ਆਲੂ ਬਾਕੀ ਡੈਕ ਦੇ ਫਿੰਗਰ ਆਲੂ ਬਣਾਏ ਸਬਜ਼ੀ ਬਣ ਗਏ ਮੇਰੇ ਵੱਲੋਂ। ਹੁਣ ਆਪਾਂ ਕਰਾਂਗੇ ਪਿਆਜ਼ਾਂ ਨੂੰ ਰੈੱਡ, ਰੈੱਡ ਮਤਲਬ ਲਾਲ ਲਾਲ ਜਿਹਦਾ ਟਾਈਮਿੰਗ ਆ ਸਾਡਾ, ਲਾਲ ਨਹੀਂ ਬਰਾਊਨ 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 ਪਿਆਜ਼ਾਂ ਨੂੰ ਕਰਾਂਗੇ ਆਪਾਂ ਬਰਾਊਨ। ਕੈਮਰੇ ਤੋਂ ਹੱਥ ਚੱਕ ਲਓ ਬਰਾਊਨ, ਕੈਮਰੇ ਦਾ ਹੱਥ ਤਾਂ ਪਹਿਲੇ ਹੀ ਚੱਕਿਆ ਸੀ। ਆ ਦੇਖੋ ਪਿਆਜ਼ਾਂ ਨੂੰ ਆਪਾਂ ਕਰਾਂਗੇ ਬਰਾਊਨ ਬਰਾਊਨ, ਨਾ ਚਿੱਕਰੇ ਬਰਾਊਨ ਨਹੀਂ ਹੁੰਦੇ ਉਤਨਾ ਚਿੱਕੜ, ਉਤਨਾ ਚਿੱਕੜ ਹਮ ਕੁਛ ਨਹੀਂ ਕਰੇਂਗੇ, ਇਸਕੋ ਬਰਾਊਨ ਬਰਾਊਨ ਕਰਤੇ ਰਹੇਂਗੇ। ਪਿਆਜ਼ਾਂ ਤੋਂ ਬਾਅਦ ਕੀ ਪਾਉਣਾ? ਪਿਆਜ਼ਾਂ ਤੋਂ ਬਾਅਦ ਪਾਵਾਂਗੇ ਆਪਾਂ ਪਾਣੀ, ਨਹੀਂ 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 ਆਲੂ 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 ਨਹੀਂ 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 ਨਹੀਂ। ਪਿਆਜ਼ਾਂ ਜਦੋਂ ਬਰਾਊਨ ਹੋ ਗਏ ਆਪਾਂ ਪਾਵਾਂਗੇ ਹਲਦੀ, ਲੂਣ, ਮਿਰਚ, ਮਸਾਲਾ, ਜੀਰਾ, ਲਸਣ, ਅਦਰਕ। ਇਹ ਨਹੀਂ ਬੰਦਾ ਵਾ, ਨਹੀਂ ਆਪਾਂ ਪਿਆਜ਼ਾਂ ਵਿੱਚ ਲਸਣ ਅਦਰਕ ਕਰ ਲਿਆ ਸੀ ਉਹ ਆਪਾਂ ਪਾਤਾ ਵਿੱਚ। ਸਾਡੇ ਪਿਆਜ਼ ਜੋ ਕਿ ਹੁੰਦੇ ਆ ਬਰਾਊਨ, ਇਹ ਹੈਗੀ ਸਾਡੀ ਕੀ ਆ ਮੇਥੀ, ਇਹ ਹੈਗੇ ਸਾਡੇ ਕੱਟੇ ਹੋਏ ਆਲੂ, ਇਹ ਹੈਗਾ ਸਾਡਾ ਤੇਲ, ਤੇ ਇਹ ਹੈਗੀ ਸਾਡਾ ਜੀ ਲੂਣ ਵਿੱਚ ਮਸਾਲਾ, ਘਿਓ, ਅਦਰਕ, ਲਸਣ, ਲੂਣ ਵਿੱਚ ਮਸਾਲਾ ਸਭ ਕੁਛ। ਹੁਣ ਆਪਾਂ ਪਿਆਜ਼ਾਂ ਨੂੰ ਕਰਾਂਗੇ ਬਰਾਊਨ। ਆਪਾਂ ਪਾਵਾਂਗੇ ਨਮਕ, ਨਮਕ ਹੁਣ ਆਪਾਂ ਪਾਵਾਂਗੇ ਹਲਦੀ, ਲੋ ਜੀ ਪਾਤੀ ਸਾਰ ਉਧਰੋਂ ਉਹ ਲੈ ਕੇ ਆਵੀਂ ਦੇਗੀ ਮਿਰਚ ਡੱਬੀ ਪਈ ਹੋਣੀ, ਪਾਵਾਂਗੇ ਮਿਰਚ ਦੇਗੀ ਮਿਰਚ ਪਈ ਹੋਣੀ ਅੰਦਰ ਡੱਬੀ ਚ ਪਈ ਆ ਲਾਲ ਜੀ ਡੱਬੀ, ਇਹਨੂੰ ਆਪਾਂ ਕਰ ਦੇਵੇ ਸਭ ਨੂੰ ਮਿਕਸ। ਪਾਵਾਂਗੇ ਕੱਟੇ ਹੋਏ ਬਰੀਕ ਬਰੀਕ ਆਲੂ, ਇਹਦੇ ਵਿੱਚ ਮੈਂ ਪਾਣੀ ਭਰਤਾ ਸੀ ਕਿਉਂਕਿ ਉਹ ਕਾਲੇ ਨਹੀਂ ਹੁੰਦੇ ਆਲੂ, ਫਿਰ ਪਾਵਾਂਗੇ ਸਾਰੇ ਆਲੂ। ਮੈਂ ਚਪੇੜ ਮਾਰਦਾ ਨੀ ਤੇਰੇ ਕੰਨ ਤੇ, ਆਹ ਦੇਖ ਲੋ ਆਹ ਕਰਦੀ ਆ ਮੰਮੀ, ਦੇਖੋ ਗੂਮ ਗੂਮ ਦੇਖੋ ਇਹਦਾ। ਹੁਣ ਆਪਾਂ ਆਲੂਆਂ ਕਰਾਂਗੇ ਸਾਰੇ ਇਹ ਵਿੱਚ ਮਿਕਸ ਮਸਾਲੇ ਚ ਚੰਗੀ ਤਰ੍ਹਾਂ, ਧੁੱਪਾ ਹੋ ਗਿਆ ਨਾ ਨੀ ਪੁਗਣਾ ਪਈ। ਹੁਣ ਤੁਸੀਂ ਆਲੂ ਪਾ ਕੇ ਹੁਣ ਕੀ ਹੁਣ ਪਾਉਣਾ ਧਨੀਆ, ਹੁਣ ਆਪਾਂ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ, ਦਿਖਾਓ ਵਿੱਚ ਮਿਕਸ ਕੀਤਾ, ਆ ਦੇਖੋ ਆਲੂਆਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੁਹਾਡੇ ਨਾਲ ਆਲੂ ਦਿਖੇ ਆ। ਹੁਣ ਇਹਨਾਂ ਜਿਹੜੇ ਆਲੂ ਆ ਇਹਨਾਂ ਸਾਰੇ ਆਲੂਆਂ ਨੂੰ ਆਪਾਂ ਪਕਾਵਾਂਗੇ ਚੰਗੀ ਤਰ੍ਹਾਂ, ਫਿਰ ਆਪਾਂ ਜਿਹੜੀ ਭੁੱਜੀ ਉਹ ਮਿਕਸ ਕਰਨੀ ਆ, ਜਿੰਨਾ ਚਿਰ ਆਲੂ ਸਾਡੇ ਨਾ ਉਹ ਤੇਲ ਨਹੀਂ ਛੱਡਦੇ ਉਹਨਾਂ ਚਿਕਰ, ਇਹਨੂੰ ਪਕਾਈ ਜਾਣਾ ਆਪਾਂ, ਪਕਾਈ ਜਾਣਾ ਇਹਨੂੰ ਆਪਾਂ। ਬਹੁਤ ਸਿੰਪਲ ਸਬਜ਼ੀ ਆ ਇਹ, ਬਹੁਤ ਯੰਮੀ ਯੰਮੀ ਬਣ ਜੂਗੀ ਤੇ ਨਾਲੇ ਯੰਮੀ ਵੀ ਬਣੂਗੀ, ਸਾਗ ਬਣ ਗਈ ਆ। ਹਾਂਜੀ ਸਾਗ, ਮੈਂ ਪਿੱਛੋਂ ਸਾਰਾ ਸਾਗ ਹੀ ਖਾ ਜਾਣਾ। ਹੁਣ ਆਪਾਂ ਇਹਨੂੰ ਨਾ ਇੱਦੇ ਮੀਡੀਅਮ ਤੇ ਰੱਖਾਂਗੇ, ਮੀਡੀਅਮ 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 ਅੱਗ ਤੇ ਰੱਖ ਕੇ ਇਹਨੂੰ ਪਕਾਵਾਂਗੇ ਆਲੂਆਂ ਨੂੰ, ਫਿਰ ਆਲੂਆਂ ਨੂੰ ਪਕਾ ਕੇ ਆਵਾ, ਫਿਰ ਤੁਹਾਨੂੰ ਦੱਸਾਂਗੇ ਕੀ ਕਰਨਾ ਹੈ। ਸਾਡੇ ਬਲੌਗ ਦਾ ਇੱਦਾਂ ਹੀ ਬਣੇ ਰਹੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ। ਸਾਡੇ ਆਲੂਆਂ ਦਾ ਕਲਰ ਇੱਦਾਂ ਦਾ ਹੋ ਗਿਆ ਹੈ, ਭੁੱਜ ਕੇ ਹੋ ਗਏ ਬਰਾਊਨ ਬਰਾਊਨ।
हाय गाइस, ओ तेरी मेरी आ गई है। भुर्जी भुर्जी हड़े पसंद दी जी, हुन की पार्टी भुर्जी। ओ उधर उधर भी ओदा ओदा भी पज। ओहो बज बज, चंगी तरह नु करेंगे मिस। बज बज गया, उधर बाजा बज रहा है। किसका बाजा बज रहा है? हाडी जसलीन का। हाडी क्यूट जसलीन दा। ਉਦੋਂ ਦਾਦੀ ਵੀ ਕਿਹਦਾ ਹੁੰਦੀ ਹੈ ਚੱਕੀ ਰਹਿ ਜਮੀਨ ਨੂੰ। ਓ ਦੇਖੋ ਦਾਦੀ, ਦਾਦੀ ਹੁਣ ਆਹ ਨਾ ਕਹਿ ਦੇ ਮੇਰੀ ਸ਼ਕਲ ਬਣਾ ਦੇ। ਮੰਮੀ ਕਹਿੰਦੇ ਰਾਤ ਦੇ ਖਾਣਾ ਲੱਗਦਾ ਹੁਣ ਆਪਾਂ ਇਹਨੂੰ ਰੱਖਾਂਗੇ ਉੱਪਰ। ਹੁਣ ਸਾਡੀ ਅੱਗ ਹੋ ਗਈ ਡਿਮ, ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ। ਮੰਮੀ ਮੇਰੀ ਦੇਖੋ ਜੀ, ਮੰਮੀ ਲਿਪਸਟਿਕ ਲਾਲ ਆ, ਪਿੰਕ ਆ, ਪਿੰਕ ਨਹੀਂ ਲਿਪਸਟਿਕ ਲਾਲ ਆ। ਆ ਦੇਖੋ ਜੀ ਸਾਡੀ ਭੁਰਜੀ ਹੋ ਗਈ ਆ ਰੈਡੀ ਸ਼ੈਡੀ। ਐਡ ਹੁਣ ਆਪਾਂ ਇਸਕੋ ਢੱਕਣ ਸੇ ਕਿਆ ਕਰ ਦੇਂਗੇ? ਬੰਦ ਢੱਕ ਦੇਗੇ। ਆਪਨੇ ਕੈਮਰੇ ਮੇਂ ਹੱਥ ਰੱਖਾ ਹੁਆ ਹੈ ਇੱਥੇ, ਇਸ ਲਈ ਆਪਕਾ ਕਟਾਪਾ ਲੱਗ ਸਕਦਾ ਹੈ ਕਭੀ ਟਾਈਮ ਵੀ। ਆਈ ਅੱਖੜ ਪੈ ਗਿਆ ਤੂੰ ਆ। ਲਓ ਜੀ ਆਪਾਂ ਹੁਣ ਢੱਕ ਦਿੱਤੀ ਆ ਭੁਰਜੀ, ਇਹਨੂੰ ਮੀਡੀਅਮ ਅੱਗ ਤੇ ਰੱਖਾਂਗੇ, ਫਿਰ ਆਪਾਂ ਬਣਾਵਾਂਗੇ ਰੋਟੀ। ਦਾਦੀ ਜੀ ਦੇਖੋ ਫਿਰਦੀ ਆ ਉਧਰ ਜਮੀਨ ਨੂੰ ਲੈ ਕੇ। ਦਾਦੀ ਹੁਣ ਆ ਨਾ ਬੋਲਦੇ ਵਲੌਗ ਦੇ ਵਿੱਚ, ਮੇਰਾ ਮੂੰਹ ਸਗਲੀ ਕਰਾ ਦੇ। ਆ ਦੇਖੋ ਸਾਡੀ ਨਿਊ ਕਾਰ, ਨਿਊ ਕਾਰ, ਨਿਊ ਦਾਦੂ ਵੀ ਦਿਖਾ ਦੇ। ਠੀਕ ਆ, ਉਹ ਦੇਖੋ ਜੀ ਨਿਊ ਦਾਦੂ ਕਿੱਥੇ ਬੈਠੇ ਆ। ਨਿਊ ਦਾਦੂ ਕੀ ਹੋਇਆ ਦਾਦੂ? ਬਾਹਰ ਨੂੰ ਉਹ ਦੇਖੋ ਜੀ ਮੰਮਾ ਦੀ ਉਂਗਲੀ ਜਾ ਗਈ ਹੈ। ਸਾਡੀ ਨਿਊ ਕਾਰ ਤੂੰ ਵਲੌਗ ਵਿੱਚ ਦੂਸਰੇ ਚ ਦੇਖੀ ਹੋਊਗੀ। ਆ ਸਾਡਾ ਆ ਗਿਆ ਆਖਰੀ ਵਲੌਗ, ਫੜਾ ਇੱਧਰ ਆਖਰੀ ਲੈ ਕੇ। ਦੇਖੋ ਜੀ ਸਾਡੀ ਭੁਰਜੀ ਦਾ ਕਲਰ ਕਿੱਦਾਂ ਸੋਹਣਾ ਆ ਗਿਆ, ਭੁਰਜੀ ਬਣ ਕੇ ਰੈਡੀ ਹੋ ਗਈ ਆ। ਹੁਣ ਅਸੀਂ ਖਾਣ ਨੂੰ ਤਿਆਰ ਆ, ਜੰਮੀ ਜੰਮੀ ਭੁਰਜੀ। ਹੁਣ ਢੱਕਣ ਰੱਖ ਦਾਂਗੇ ਤਾਂ ਜੋ ਇਹ ਥੋੜੀ ਜੀ ਹੋ ਜਾਵੇ। ਅੱਗ ਵੀ ਸਾਡੀ ਹੁਣ ਤੇਜ਼ ਬਰ ਗਈ, ਅੱਗ ਘੱਟ ਕਰ ਦਿੰਦੇ ਆ। ਹੁਣ ਬਣਾਉਣੀ ਹੈ ਰੋਟੀ। ਚਲੋ ਠੀਕ ਆ ਜੀ, ਅਸੀਂ ਇੱਥੇ ਕਰਦੇ ਹਾਂ ਵਲੌਗ ਦਾ ਐਂਡ। ਅਗਰ ਤੁਹਾਨੂੰ ਭੁਰਜੀ ਦੀ ਰੈਸਪੀ ਵਧੀਆ ਲੱਗੀ ਹੋਈ ਤਾਂ ਪਿਆਰਾ ਜਿਹਾ ਕਮੈਂਟ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਅੱਗੇ ਅੱਗੇ ਹੋਰ ਵਲੌਗ ਦੇਖਣ ਨੂੰ ਇਸ ਵਲੌਗ ਨੂੰ ਪਿਆਰ ਦਿਓ। ਫਿਰ ਮੈਨੂੰ ਹੋਰ ਹੋਊਗਾ ਕਿ ਹਾਂ ਵੀ ਮੈਂ ਵਧੀਆ ਵਧੀਆ ਆਈਟਮਾਂ ਲੈ ਕੇ ਆਵਾਂ, ਕਿ ਮੇਰੇ ਵਲੌਗ ਨੂੰ ਬਹੁਤ ਪਿਆਰ ਮਿਲਿਆ ਆ। ਬਾਏ ਬਾਏ।